ਗ੍ਰਿਫਤਾਰ ਕਰ ਉਹਨਾਂ ਦੇ ਕੋਲੋਂ ਚੋਰੀ ਦੀ ਇੱਕ ਜੈਨ ਕਾਰ ਅਤੇ 2 ਐਕਟਿਵਾ ਬਰਾਮਦ ਕੀਤੀਆਂ ਹਨ। ਜਾਂਚ ਦੇ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਨੌਜਵਾਨਾਂ ਅੰਮ੍ਰਿਤਸਰ ਦੀ ਵੱਖ ਵੱਖ ਜਗ੍ਹਾ ਤੋਂ ਪੁਰਾਣੀ ਕਾਰ ਚੋਰੀ ਕਰ ਕਬਾੜੀਆਂ ਨੂੰ ਵੇਚਦੇ ਸਨ ਅਤੇ ਕਬਾੜੀਆਂ ਇਸ ਕਾਰਾਂ ਦਾ ਸਮਾਨ ਕੱਢ ਕਰ ਉਸ ਨੂੰ ਮਹਿੰਗੇ ਦਾਮਾਂ ਵਿੱਚ ਵੇਚਦੀ ਸੀ। ਪੁਲਿਸ ਨੇ ਕਬਾੜੀਆਂ ਨੂੰ ਵੀ ਗ੍ਰਿਫਤਾਰ ਕੀਤਾ ਹੈ। ਪੁਲਿਸ ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਹੁਣ ਤੱਕ ਲਗਭਗ 21 ਕਾਰਾਂ ਨੂੰ ਇਹ ਲੋਕ ਵੇਚ ਚੁੱਕੇ ਹਨ। ਇਹਨਾਂ ਦਾ ਪਹਿਲਾ ਮਕਸਦ ਹੁੰਦਾ ਸੀ ਕਿ ਕਾਰ ਚੋਰੀ ਕਰਕੇ ਇਹ ਲੋਕ ਕਬਾੜੀਆਂ ਨੂੰ ਵੇਚਦੇ ਸਨ ਅਤੇ ਕਬਾੜੀਆਂ ਕਾਰ ਦਾ ਸਪੇਅਰ ਪਾਰਟ ਨੂੰ ਕੱਢ ਕੇ ਅੱਗੇ ਵੇਚਦਾ ਸੀ। ਪੁਲਿਸ ਨੇ ਦੀਪਕ ਨਾਮ ਦੇ ਕਬਾੜੀ ਨੂੰ ਵੀ ਗ੍ਰਿਫਤਾਰ ਕਰ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪਿਛਲੇ 11 ਤਰੀਕ ਨੂੰ ਗੇਟ ਸੀਮਾ ਦੇ ਵਿੱਚ ਜ਼ੈਨ ਕਾਰ, ਇੱਕ ਪੁਰਾਣੀ ਜ਼ੈਨ ਕਾਰ ਚੋਰੀ ਹੋਈ ਸੀ, ਜਿਹਦੇ ਸੰਬੰਧ ਦੇ ਵਿੱਚ ACP ਲਾਇਸੈਂਸਿੰਗ ਸਾਹਿਬ ਪਿਆਰਾ ਸਿੰਘ ਜੀ ਦੇ ਅਗਵਾਈ ਹੇਠ SHO ਗੇਟ ਕੀਮਾ, ਇੰਚਾਰਜ ਚੌਕੀ ਪੁਤਲੀ ਘਰ, ਇਹਨਾਂ ਦੀ ਇੱਕ ਟੀਮ ਇਸ ਵੱਖ ਵੱਖ ਕੇਸਾਂ ਦੇ ਨਾਲ ਇਸ ਕੇਸ 'ਤੇ ਵੀ ਇੱਕ ਵਰਕ ਕਰ ਰਹੀ ਸੀ, ਕਿਉਂਕਿ ਸਾਨੂੰ ਇੱਕ ਇਨਪੁੱਟ ਮਿਲੀ ਸੀ, ਕਿਉਂਕਿ ਪੁਰਾਣੀ ਗੱਡੀਆਂ ਦੀ ਚੋਰੀ ਕਰਨ ਵਾਲਾ ਗਰੋਹ ਇੱਥੇ ਹੈ, ਜਿਨ੍ਹਾਂ ਨੂੰ ਇਹਨਾਂ ਨੇ ਪੂਰੀ ਮਿਹਨਤ ਦੇ ਨਾਲ ਉਹ ਗਰੋਹ ਫੜਿਆ ਗਿਆ। 2 ਜਣੇ ਜਿਹੜੇ ਪੁਰਾਣੀਆਂ ਕਾਰਾਂ ਚੋਰੀ ਕਰਦੇ ਸਨ, 23 ਤਰੀਕ ਨੂੰ ਉਸ ਜ਼ਹਿਨ ਦੇ ਨਾਲ ਫੜੇ ਗਏ ਨੇ। ਪੁਰਾਣੀ ਜ਼ਹਿਨ ਕਾਰ ਵੀ ਮਿਲ ਗਈ, ਹੋਰ ਉਹਨਾਂ ਦੇ ਨਾਲ ਐਕਟਿਵਾ ਵੀ ਬਰਾਮਦ ਹੋਏ ਨੇ। ਇਹ ਤਕਰੀਬਨ ਅੰਮ੍ਰਿਤਸਰ ਦੇ 4 ਇੱਕ ਇਹੋ ਜਿਹੇ ਕੇਸ ਨੇ ਜਿਨ੍ਹਾਂ ਦੇ ਵਿੱਚ ਪੁਰਾਣੀਆਂ ਗੱਡੀਆਂ ਅੰਮ੍ਰਿਤਸਰ ਦੀਆਂ ਜਿਹੜੀਆਂ ਚੋਰੀਆਂ ਹੋਈਆਂ ਸੀ ਉਹ ਕੇਸ ਵੀ ਟਰੇਸ ਹੋਏ ਹਨ, ਅਤੇ ਕਾਫੀ ਜ਼ਿਆਦਾ ਹੋਰ ਤਾਦਾਦ ਦੇ ਵਿੱਚ ਜਿਹੜੇ ਪੁਰਾਣੇ ਵਹੀਕਲ ਜਿਨ੍ਹਾਂ 'ਚ ਕਾਰਾਂ, ਮੋਟਰਸਾਈਕਲ, ਕਨੈਟਿਕ ਚੋਰੀ ਕੀਤੇ ਸੀ, ਉਹ ਸਾਰੇ ਇਹਨਾਂ ਦੇ ਟਰੇਸ ਹੋਏ ਨੇ। ਜਿਨ੍ਹਾਂ ਵਿੱਚ ਆਲਮੋਸਟ 21 ਕਾਰਾਂ, ਜਿਹ 'ਚ 18 ਮਰੂਤੀ ਕਾਰਾਂ, 1 ਸੈਂਟਰੋ, 1 ਅਸਟੀਮ, ਜਿਹੜੇ ਪੁਰਾਣੀ ਚੋਰੀ ਹੋਏ ਸੀਗੇ ਉਹ ਸਾਰੇ ਇਹਨਾਂ ਨੇ ਚੋਰੀ ਕੀਤੀਆਂ ਸੀਗੀਆਂ। ਜਿਨ੍ਹਾਂ ਨੂੰ ਇੱਕ ਇਹਨਾਂ ਦੇ ਨਾਲ ਇੱਕ ਕਬਾੜੀਆ, ਦੀਪਕ ਕਬਾੜੀਆ ਸੀਗਾ, ਜਿਹੜਾ ਉਹਨੂੰ ਛੋਟੇ ਜਿਹੜੇ ਅਲੱਗ ਅਲੱਗ ਉਹਦੇ ਸਾਰੇ ਪੁਰਜੇ ਕਰਕੇ ਉਹਨੂੰ ਅੱਗੇ ਵੇਚ ਦਿੰਦਾ ਸੀ, ਉਹ ਸਾਰਾ ਉਹ ਵੀ ਨਾਲ ਫੜਿਆ ਗਿਆ, ਅਤੇ ਹੋਰ ਬਰਾਮਦਗੀਆਂ ਜਿਹੜੀਆਂ ਨਾਲ ਕੀਤੀ ਜਾ ਰਹੀ। ਉਹਨਾਂ ਦੀ ਸਾਰਿਆਂ ਦੀ ਤਫਤੀਸ਼ ਅਜੇ ਚੱਲ ਰਹੀ ਹੈ, ਚੈੱਕ ਕਰ ਰਹੇ ਹੋਰ ਕਿਹੜੇ ਕਿਹੜੇ ਇਹਨਾਂ 'ਤੇ ਪਹਿਲਾਂ ਪਰਚੇ ਆ। ਜਿਹੜੇ ਹੁਣ ਤੱਕ ਜਿਹੜੀ ਤਫਤੀਸ਼ ਚੀਜ਼ ਸਾਹਮਣੇ ਆਈ ਆ ਉਹ ਇਹੀ ਹੈਗੀ ਆ। ਜ਼ਿਆਦਾਤਰ ਕਾਰਾਂ ਕਿਹੜੀ ਸ਼ਹਿਰ 'ਚ ਹੋਈਆਂ? ਇਹ ਜ਼ਿਆਦਾਤਰ ਪੁਰਾਣੀਆਂ ਕਾਰਾਂ ਹੀ ਚੋਰੀ ਕਰਦੇ ਸੀ, ਕੋਈ ਨਵੀਂ ਕੋਈ ਲਗਜ਼ੂਰੀਅਸ ਗੱਡੀ ਨਹੀਂ ਸੀ। ਜਿਹੜੇ ਪੁਰਾਣੀਆਂ ਜ਼ੈਨ ਕਾਰ ਹੈਗੀ, ਕੋਈ ਜਿਹੜੀ ਪੁਰਾਣੀ ਅਸਟੀਮ ਹੈਗੀ ਹੈ, ਉਹ ਜਿਹੀ ਮਰੂਤੀ ਕਾਰਾਂ ਜਿਹੜੀਆਂ ਉਹ ਚੋਰੀ ਕਰਦੇ ਸੀ, ਕਿਉਂਕਿ ਉਹਦਾ ਉਹਨੂੰ ਡਿਸਮੈਂਟਲ ਕਰਨਾ, ਉਹਦਾ ਕਬਾੜ ਵੇਚਣਾ, ਉਹਦੇ ਜਿਹੜੇ ਪੁਰਜੇ ਵੇਚਣੇ ਸੌਖੇ ਸੀਗੇ। ਹਾਂ, ਦੀਪਕ ਜਿਹੜਾ ਨਾਮ ਦਾ ਅੱਗੇ ਜਿਹੜਾ ਉਹ ਫੜਿਆ ਗਿਆ, ਉਹ ਵੀ ਫੜ ਲਿਆ, ਉਹ ਸਾਰਾ ਤਫਤੀਸ਼ ਚੈੱਕ ਕਰ ਰਿਹਾ। ਚਾਰ ਪਰਚੇ ਤੇ ਹੁਣ ਤੱਕ ਪਤਾ ਲੱਗ ਚੁੱਕਾ, ਬਾਕੀ ਵੀ ਦੇਖੀਆਂ ਅਲੱਗ ਅਲੱਗ ਜਗ੍ਹਾ ਤੋਂ। ਉਹ ਸਾਰਾ ਚੀਜ਼ ਹੀ ਦੇਖੀ ਜਾਏਗੀ ਵੀ ਕਿਹੜੀ ਗੱਡੀ ਦਾ, ਕੋਈ ਨੰਬਰ ਤੇ ਨੀ ਇਹਨਾਂ ਨੇ ਇਸਤੇਮਾਲ ਕੀਤਾ, ਕੋਈ ਨੰਬਰ ਕਿਸੇ ਹੋਰ ਦਾ ਇਸ ਗੱਡੀ, ਕਿਉਂਕਿ ਇਹ ਗੱਡੀ ਨਹੀਂ ਸੀ ਅੱਗੇ ਵੇਚਦੇ, ਇਹ ਉਹ ਗੱਡੀਆਂ ਦੇ ਕਬਾੜੀਏ ਦੇ ਨਾਲ ਰਲ ਕੇ ਉਹਨੂੰ ਡਿਸਮੈਂਟਲ ਕਰਕੇ ਉਹਦੇ ਪੁਰਜੇ ਕੱਲ ਪੁਰਜੇ ਅੱਗੇ ਵੇਚਦੇ ਸੀ। ਅਜੇ ਤੱਕ ਇਹੋ ਜਿਹੀ ਚੀਜ਼ ਸਾਹਮਣੇ ਨਹੀਂ ਆਈ, ਪਰ ਉਹਨੂੰ ਚੈੱਕ ਜ਼ਰੂਰ ਕਰਾਂਗੇ। ਇਹ ਲੋਕਲ ਸਾਰੇ ਬੰਦੇ ਇੱਥੋਂ ਪੰਜਾਬੀ ਨੇ? ਹਾਂ, ਤਿੰਨੋਂ ਹੀ ਇੱਥੋਂ ਅੰਮ੍ਰਿਤਸਰ ਦੇ।